ਪੰਜਾਬ ਦੇ ਵਿੱਚ 1 ਜੂਨ ਨੂੰ ਇਲੈਕਸ਼ਨ ਹੋਣ ਵਾਲੇ ਹੈ, ਜਿਹਦੀ ਤਿਆਰੀਆਂ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਵੱਖ ਵੱਖ ਜਿਹੜੇ ਡਿਪਾਰਟਮੈਂਟਸ ਨੇ, ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀਆਂ ਦਾ ਜਾਇਜ਼ਾ ਵੀ ਲਿੱਤਾ ਜਾ ਰਿਹਾ ਸੀਨੀਅਰ ਅਧਿਕਾਰੀ। ਜੇ ਆਪਾਂ ਗੱਲ ਕਰੀਏ ਹੈਲਥ ਡਿਪਾਰਟਮੈਂਟ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਵੀ ਇਸ ਵਾਰ ਕਾਫੀ ਤਿਆਰੀਆਂ ਕੀਤੀ ਗਈਆਂ। ਕਾਰਨ ਕੀ ਹੈ? ਹੀਟ ਵੇਵ, ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਜਿਸ ਕਰਕੇ ਜਿੰਨੇ ਵੀ ਬੂਥ ਬਣਾਏ ਗਏ ਨੇ, ਜਿੰਨੇ ਵੀ ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਨੇ, ਉਹਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਬਹੁਤ ਵੱਡਾ ਰੋਲ ਇਸ ਬਾਰੇ ਦਿੱਤਾ ਗਿਆ, ਕਿਉਂਕਿ ਉਹਦੇ ਵਿੱਚ ਜਿੰਨੇ ਵੀ ਉੱਥੇ ਡਿਊਟੀਜ਼ ਲੱਗੀ ਹੈ ਜਾਂ ਫਿਰ ਹੈਲਥ ਡਿਪਾਰਟਮੈਂਟ ਦੀ ਵੀ ਉੱਥੇ ਡਿਪਿਊਟ ਜਿਹੜੀ ਹੈ ਉਹ ਡਿਊਟੀ ਕੀਤੀ ਜਾਏਗੀ। ਉਸ ਕਰਕੇ ਕਾਫੀ ਅੱਜ ਮੀਟਿੰਗਸ ਵੀ ਚੱਲੀ ਹੈ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਸਾਡੇ ਨਾਲ ਸਿਵਲ ਸਰਜਨ ਨੇ ਡਾਕਟਰ ਦਵਿੰਦਰ ਕੁਮਾਰ ਪੁਰੀ ਜੀ ਨੇ। ਸਰ, ਕਿਉਂਕਿ ਲਗਾਤਾਰ ਤੁਹਾਡੀ ਮੀਟਿੰਗਸ ਜਾਰੀ ਹੈ, ਇਲੈਕਸ਼ਨਸ ਦੀ ਤਿਆਰੀਆਂ ਹੈ, ਔਰ ਇਸ ਵਾਰ ਕਾਫੀ ਅਹਿਮ ਹੋ ਜਾਂਦਾ ਹੈ ਕਿਉਂਕਿ ਅਲਰਟ ਵੀ ਜਾਰੀ ਕੀਤਾ ਗਿਆ ਮੌਸਮ ਡਿਪਾਰਟਮੈਂਟ ਵੱਲੋਂ, ਤੁਹਾਡੇ ਵੱਲੋਂ ਵੀ ਐਡਵਾਈਜ਼ਰੀ ਲੋਕਾਂ ਨੂੰ ਜਾਰੀ ਕੀਤੀ ਗਈ ਹੈ, ਔਰ ਉਸ ਦਿਨ ਵੀ ਹੀਟ ਵੇਵ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਤਿਆਰੀਆਂ ਉਸ ਦਿਨ ਦੀ ਤੁਸੀਂ ਕਰ? ਸਰ, ਮੈਂ ਇੱਕ ਤਾਂ ਪਹਿਲੇ ਆਪ ਜੀ ਦਾ ਧੰਨਵਾਦ ਕਰਦਾ ਹਾਂ ਆਪਣੇ ਡਿਪਾਰਟਮੈਂਟ ਵੱਲੋਂ, ਵੀ ਜਿਹੜੀ ਹੀਟ ਵੇਵਸ ਦੀ ਜਿਹੜੀ ਆਪਾਂ ਐਡਵਾਈਜ਼ਰੀ ਹੈਲਥ ਡਿਪਾਰਟਮੈਂਟ ਵੱਲੋਂ, ਸਟੇਟ ਗੌਰਮੈਂਟ ਵੱਲੋਂ, ਸੈਂਟਰ ਗੌਰਮੈਂਟ ਵੱਲੋਂ ਅਸੀਂ ਆਈ ਸੀ, ਅਸੀਂ ਸਾਰੇ ਡਿਸਪਲੇ ਕਰ ਚੁੱਕੇ ਹਾਂ। ਹਰ 2-3 ਦਿਨ ਬਾਅਦ ਨਿਊਜ਼ ਪੇਪਰਸ ਦੇ ਵਿੱਚ ਅਸੀਂ ਲੋਕਾਂ ਨੂੰ ਗਾਈਡ ਕਰ ਰਹੇ ਹਾਂ ਵੀ ਆਹ ਕੰਮ ਕਰੋ ਅਤੇ ਆਹ ਕੰਮ ਨਾ ਕਰੋ ਰਿਗਾਰਡਿੰਗ ਹੀਟ ਵੇਵ, ਕਿਉਂਕਿ ਟੈਂਪਰੇਚਰ ਜਿਹੜਾ ਹੈ 40+ ਜਾ ਚੁੱਕਾ ਹੈ। ਸੋ ਉਸਦੇ ਰਿਗਾਰਡਿੰਗਲੀ ਜਿਹੜੀਆਂ ਹੁਣ ਆਪਾਂ ਲਈਏ ਮੇਨ ਗਾਈਡਲਾਈਨਸ ਇਲੈਕਸ਼ਨਸ ਦੇ ਕਰਕੇ ਸਾਡਾ ਹੋ ਰਿਹਾ ਹੈਗਾ ਵੀ ਇਲੈਕਸ਼ਨ 1 ਤਰੀਕ ਨੂੰ ਹਨ, ਤੋ ਉਸਦੇ ਵਿੱਚ ਕਿਉਂਕਿ ਸਾਰੀ ਪਬਲਿਕ ਨੇ ਵੋਟ ਪਾਉਣ ਜਾਣਾ ਹੈ, ਗਰਮੀ ਬਹੁਤ ਹੋਣੀ ਹੈ, ਟਾਈਮਿੰਗ ਠੀਕ ਨੇ, ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਜਾਣੀ ਹੈ ਸ਼ਾਮ ਨੂੰ 6 ਵਜੇ ਤੱਕ। ਉਸ ਦੇ ਵਿੱਚ ਚਲੋ ਸਵੇਰੇ ਤਾਂ ਗਰਮੀ ਨਹੀਂ ਹੋਈ ਨਹੀਂ, ਬਟ ਜਿਉਂ ਜਿਉਂ ਦਿਨ ਚੜ੍ਹੇਗਾ ਗਰਮੀ ਵਧੇਗੀ। ਪਬਲਿਕ ਨੂੰ ਜਿਹੜੀਆਂ ਪ੍ਰੋਪਰ ਗਾਈਡਲਾਈਨਸ ਅਸੀਂ ਪਹਿਲੇ ਵੀ ਇਸ਼ੂ ਕਰ ਚੁੱਕੇ ਹਾਂ ਵੀ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਗਰਮੀ ਤੋਂ, ਸਾਰੇ ਸਟੈਪਸ ਉਹ ਆਪਾਂ ਦੱਸ ਚੁੱਕੇ ਹਾਂ, ਆਪਣੇ ਆਪ ਨੂੰ ਡੀਹਾਈਡਰੇਸ਼ਨ ਤੋਂ ਕਿਵੇਂ ਬਚਾਉਣਾ ਹੈ ਉਹ ਸਟੈਪਸ ਅਸੀਂ ਗਾਈਡਲਾਈਨ ਦੇ ਚੁੱਕੇ ਹਾਂ। ਉਸ ਤੋਂ ਇਲਾਵਾ ਜਿਹੜੀ ਬੇਸਿਕ ਸਾਡੀ ਹੁਣ ਹੈਲਥ ਡਿਪਾਰਟਮੈਂਟ ਦੀ ਪਰਸਨਲ ਇਸ਼ੂਜ਼ ਆਉਂਦੇ ਹਨ, ਉਸ ਦੇ ਲਈ ਜਿਵੇਂ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੀ ਮੀਟਿੰਗਸ ਚੱਲ ਰਹੀਆਂ ਪਈਆਂ, ਅੱਜ ਸਾਡੇ ਇੱਥੇ ਆਪਾਂ ਡੀ ਐੱਸ ਦੇ ਵਿੱਚ ਮੀਟਿੰਗ ਰੱਖੀ ਹੋਈ ਹੈ, ਮੈਂ ਸਾਰੇ ਡਿਸਟ੍ਰਿਕਟ ਮੋਹਾਲੀ ਦੇ SMOs ਦੀ ਰੱਖੀ ਹੋਈ ਹੈ, ਉਸ ਦੇ ਵਿੱਚ ਅਸੀਂ ਇੱਕ ਗਾਈਡਲਾਈਨਸ ਇਸ਼ੂ ਕੀਤੀਆਂ ਹੋਈਆਂ ਨੇ ਵੀ ਆਪਾਂ ਬੂਥ ਲੈਵਲ 'ਤੇ ਹਰ ਪੋਲਿੰਗ ਸਟੇਸ਼ਨ 'ਤੇ ਬੂਥ ਜਿਹੜਾ ਹੈਗਾ ਉੱਥੇ ਇੱਕ ਆਸ਼ਾ ਵਰਕਰ ਦੀ ਡਿਊਟੀ ਲਗਾਈ ਗਈ ਹੈ, ਉਸ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਹੀਟ ਵੇਵ ਦੇ ਰਿਗਾਰਡਿੰਗਲੀ। ਉਸ ਨੂੰ ਉੱਥੇ ਇੱਕ ਆਪਾਂ ਮੈਡੀਕਲ ਕਿੱਟ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ, ਇਹ ਸਰ ਮੈਡੀਕਲ ਕਿੱਟ ਸਾਰੇ ਬੂਥਾਂ 'ਚ ਤੁਸੀਂ ਪਹੁੰਚਾਓਗੇ? ਇਹ ਹਰ ਆਸ਼ਾ ਜਿੱਥੇ ਪੋਲਿੰਗ ਸਟੇਸ਼ਨ 'ਤੇ ਹੋਏਗੀ ਉਹਦੇ ਕੋਲ ਇੱਕ ਕਿੱਟ ਹੋਏਗੀ। ਉਸ ਦੇ ਵਿੱਚ ਮੈਂ ਸਾਨੂੰ ਜੋ ਸਟੇਟ ਦੀ ਗਾਈਡਲਾਈਨ ਸੀਗੀਆਂ ਉਹ 5 ORS ਦੀ ਸੀਗੀ ਪੈਕਟ ਦੀ, ਉਸ ਤੋਂ ਬਾਵਜੂਦ ਵੀ ਮੈਂ ਹਰ ਆਸ਼ਾ ਨੂੰ 30 ORS ਦੇ ਪੈਕਟ ਸਪਲਾਈ ਕਰਵਾ ਰਿਹਾ ਆਪਣੇ ਲੈਵਲ 'ਤੇ। 30 ORS ਦੇ ਜਿਹੜੇ, ਹਾਂਜੀ 30 ORS ਪੈਕਟ ਹਰ ਆਸ਼ਾ ਕੋਲ ਹੋਣਗੇ, ਠੀਕ ਹੈ ਜੀ, ਹਰ ਪੋਲਿੰਗ ਪੋਲਿੰਗ ਸਟੇਸ਼ਨ ਦੇ, ਠੀਕ ਹੈ ਜੀ। ਉਸ ਤੋਂ ਨਾਲ ਕੁਝ ਇੱਕ ਮੈਡੀਸਨਸ ਵੀ ਰਖਵਾ ਰਿਹਾ ਹਾਂ, ਜਿਹੜੇ ਆਹ ਲਿਸਟ ਵੀ ਨਾਲ ਮੈਂ ਰੱਖੀ ਹੋਈ ਹੈ, ਜਿਵੇਂ ਕੋਈ ਐਮਰਜੈਂਸੀ ਕਿਸੇ ਨੂੰ ਹੈਡਏਕ ਹੋ ਜਾਂਦੀ ਹੈ, ਕਿਸੇ ਨੂੰ ਉਲਟੀਆਂ ਆ ਰਹੀਆਂ, ਕਿਸੇ ਨੂੰ ਗੈਸਟਾਈਟਸ ਹੋ ਜਾਂਦਾ ਹੈ, ਜਾਂ ਕੋਈ ਹੋਰ ਗਰਮੀ ਕਰਕੇ ਜੋ ਰਿਗਾਰਡਿੰਗਲੀ ਕੋਈ ਪ੍ਰੋਬਲਮ ਆਉਂਦੀ ਹੈ, ਕਿਸੇ ਨੂੰ ਪੇਟ ਦਰਦ ਹੋ ਜਾਂਦਾ ਹੈ, ਸੋ ਉਸਦੇ ਰਿਗਾਰਡਿੰਗਲੀ ਅਸੀਂ ਉਹ ਸਾਰਾ ਸਮਾਨ ਰੱਖਿਆ, ਬੈਂਡੇਜ ਹੈਗੀ ਵਿੱਚ, ਸਿੰਪਲ ਬੈਂਡੇਜ ਹੈ, ਬੈਂਡਡ ਵੀ ਹੈਗੀਆਂ, ਬੀਟਾਡਿਨ ਟਾਈਪ ਆਇੰਟਮੈਟਿਕ ਰੱਖੀ ਹੋਈ ਹੈ, ਕਿਸੇ ਨੂੰ ਸੱਟ ਲੱਗ ਜਾਂਦੀ ਹੈ, ਅਸੀਂ ਉਹ ਸਾਰਾ ਸਮਾਨ ਅਸੀਂ ਉਹ ਕਿੱਟ ਦੇ ਵਿੱਚ ਪਾਇਆ। ਬਟ ਬੇਸਿਕ ਸਾਡਾ ਗਰਮੀ ਦੇ ਕਰਕੇ ਸਾਡਾ ORS 'ਤੇ ਜ਼ਿਆਦਾ ਜ਼ੋਰ ਪਿਆ ਹੈਗਾ ਵੀ ਅਸੀਂ ਉਹ ORS ਹਰ ਆਸ਼ਾ ਕੋਲ ਹਰ ਪੋਲਿੰਗ ਸਟੇਸ਼ਨ 'ਤੇ ਪਹੁੰਚੇ ਅਸੀਂ। ਹਾਂਜੀ, ਇਹਦੇ ਵਿੱਚ ਇੱਕ ਹੋਰ ਸਵਾਲ ਹੈ ਕਿ ਐਮਰਜੈਂਸੀ ਸੇਵਾਵਾਂ ਵਾਸਤੇ ਐਂਬੂਲੈਂਸ ਦੀ ਸੁਵਿਧਾ ਜਾਂ ਫਿਰ ਹੋਰ ਕੋਈ ਬਾਈ ਚਾਂਸ ਐਮਰਜੈਂਸੀ ਪੁਆਇੰਟ 'ਤੇ, ਉਸ ਪੁਆਇੰਟ 'ਤੇ ਵੀ ਅਸੀਂ ਆਸ਼ਾ ਨੂੰ ਇਹ ਟ੍ਰੇਨਿੰਗ ਦਿੱਤੀ ਹੈ ਕਿ ਇੱਕ ਪਰਟੀਕੁਲਰ ਜਿਹੜਾ ਪੋਲਿੰਗ ਸਟੇਸ਼ਨ ਹੈ ਉਸਦਾ ਇੱਕ ਨੋਡਲ ਅਫੀਸਰ ਉਸ ਏਰੀਏ ਦਾ, ਜਿਵੇਂ ਮੋਹਾਲੀ 'ਚ ਸਬ ਡਿਵੀਜ਼ਨ 'ਚ ਹੋਏਗਾ ਮੋਹਾਲੀ ਵਾਲੇ ਡੀਲ ਕਰਨਗੇ, ਡੇਰਾ ਬੱਸੀ ਵਾਲਾ ਡੀਲ ਕਰਨਗੇ, ਖਰੜ ਤਹਿਸੀਲ ਵਾਲਾ ਖਰੜ ਤਹਿਸੀਲ ਵਾਲੇ ਡੀਲ ਕਰਨਗੇ, ਹਰ
ਪਰਟੀਕੂਲਰ ਆਸ਼ਾ ਦੇ ਕੋਲ ਇੱਕ ਲਿਸਟ ਹੋਏਗੀ, ਉਸ ਨੂੰ ਉਹ ਉਸ ਬੂਥ ਦੇ ਵਿੱਚੋਂ ਪੋਲਿੰਗ ਸਟੇਸ਼ਨ ਦੇ ਵਿੱਚੋਂ ਉਹ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸਦਾ ਡੀਲਿੰਗ ਅੱਗੇ ਨੋਡਲ ਅਫੀਸਰ ਕੌਣ ਹੈ, ਉਸ ਨੂੰ ਕਿਹੜੀ ਉਸ ਪੇਸ਼ੈਂਟ ਨੂੰ ਕਿਵੇਂ ਤੇ ਕਿੱਥੇ ਪਹੁੰਚਾਉਣਾ ਹੈ ਉਸ ਨੂੰ ਪਤਾ ਹੈ। ਠੀਕ ਹੈ ਜੀ। ਸਰ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਜਿਹੜੇ ਹਸਪੀਟਲਸ ਹੈ ਉਹ ਵੀ ਜਿਹੜਾ ਹੈਗਾ ਬੈਡਸ ਦੀ ਅਵੇਲੇਬਿਲਟੀ? ਮੈਂ ਸਟੈਪ ਵਾਈਜ਼ ਆ ਰਿਹਾ ਜੀ। ਇੱਕ ਤਾਂ ਪਹਿਲੇ ਆਪਾਂ ਪੋਲਿੰਗ ਸਟੇਸ਼ਨ ਤੋਂ ਚੱਲੀਏ, ਉੱਥੇ ਆਸ਼ਾ ਹੈਗੀ ਹੈ, ਓ ਆਰ ਐਸ ਪੀ ਆ ਡਨ, ਉੱਥੇ ਐਂਬੂਲੈਂਸ 108 ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ। ਨੋਰਮਲੀ 16 ਜੋ ਇਨਫੋਰਮੇਸ਼ਨ ਇਹ ਸੀ ਵੀ ਸਾਡੇ ਕੋਲ 16 ਡਿਸਟ੍ਰਿਕਟ ਦੇ ਵਿੱਚ ਐਂਬੂਲੈਂਸ ਚੱਲਦੀਆਂ ਨੇ ਅਤੇ 4-5-6 ਅਸੀਂ ਉਸ ਦਿਨ ਵੱਧ ਰਿਜ਼ਰਵ ਰੱਖਾਂਗੇ। ਠੀਕ ਹੈ ਜੀ। ਆਸ਼ਾ ਕੈਨ ਕਾਲ 108, ਪੋਲਿੰਗ ਸਟਾਫ ਕੈਨ ਕਾਲ 108, ਜਿੱਦਾਂ ਅੱਗੇ ਸੀਗਾ ਐਨੀਵਨ ਕੈਨ ਕਾਲ 108 ਵੀ ਇੱਥੇ ਪੇਸ਼ੈਂਟ ਨੂੰ ਪ੍ਰੋਬਲਮ ਹੈ, ਕਾਇੰਡਲੀ ਕਮ। ਠੀਕ ਹੈ ਜੀ। ਉਸ ਤੋਂ ਇਲਾਵਾ ਸਾਡੇ ਜਿੱਦਾਂ ਹੁਣ ਆਪਾਂ ਇਸ ਡਿਸਟ੍ਰਿਕਟ ਹੋਸਪਿਟਲ 'ਚ ਬੈਠੇ ਹੋਏ ਹਾਂ, ਇਹਨਾਂ ਨੂੰ ਪ੍ਰੋਪਰ ਪ੍ਰਪੇਅਰ ਕੀਤਾ ਗਿਆ ਹੈ। 10 ਬੈੱਡ ਅਸੀਂ DH ਲੈਵਲ 'ਤੇ ਆਪਾਂ ਸਪੈਸ਼ਲ ਇੱਕ ਵਾਰਡ ਇਹਨਾਂ ਦੀ ਬਣਾਈ ਹੋਈ ਹੈ ਜਿੱਥੇ ਹੀਟ ਵੇਵ ਦੇ ਨਾਲ ਹੀ ਸਿਰਫ ਡੀਲ ਕੀਤਾ ਜਾਏਗਾ। ਉੱਥੇ ਸਾਰਾ ਹੀ ਉਹਦੀ ਕੂਲਿੰਗ ਦਾ, ਪੇਸ਼ੈਂਟ ਨੂੰ ਜੇ ਕੋਈ ਸਟ੍ਰੋਕ ਹੁੰਦੀ ਹੈ ਉਹਦੀ ਟ੍ਰੀਟਮੈਂਟ ਦਾ ਪਾਰਟ ਤਿਆਰ ਕੀਤਾ ਗਿਆ ਹੈ, ਵਾਰਡ ਤਿਆਰ ਕੀਤੀ ਗਈ ਹੈ, ਸਾਰੀ ਜੋ ਫੈਸਿਲਿਟੀ ਐਜ਼ ਪਰ ਮੈਨੇਜਮੈਂਟ ਟ੍ਰੀਟਮੈਂਟ ਹੀਟ ਵਾਲੇ ਪੇਸ਼ੈਂਟ ਦੀ ਆਉਂਦੀ ਹੈ ਉਹ ਅਸੀਂ ਪ੍ਰਪੇਅਰਡ ਕੀਤਾ ਹੋਇਆ, ਸਭ ਕੁਝ ਹੈ ਸਾਡੇ ਕੋਲ। ਸੇਮ ਟਾਈਪ SDH ਖਰੜ, ਸੇਮ SDH ਡੇਰਾਵਾਸੀ। ਠੀਕ ਹੈ ਜੀ। ਉੱਥੇ ਬੈੱਡਸ ਜਿਹੜੇ 5-5 ਨੇ। ਠੀਕ ਹੈ ਜੀ। ਉਸੇ ਤਰ੍ਹਾਂ ਜਿੱਥੇ ਵੀ ਸਾਡੀ ਐਮਰਜੈਂਸੀ ਚੱਲਦੀ ਹੈ, ਠੀਕ ਹੈ ਜੀ, ਕੁਰਾਲੀ ਹੈ ਜਾਂ ਹੋਰ ਵੀ ਜਿਹੜੇ ਸਾਡੇ CSCs ਹੈਗੀਆਂ, ਸੇਮ ਉੱਥੇ ਵੀ ਬੈੱਡ ਇਸ਼ੂ ਅਲਾਟ ਕੀਤੇ ਗਏ ਹਨ, ਮੈਡੀਕਲ ਟੀਮ ਬਣਾ ਦਿੱਤੀ ਗਈਆਂ। RRT ਟੀਮ ਵੀ ਅਸੀਂ ਹਰ SMO ਤੋਂ ਲਈ ਹੈ, ਜਿੰਨੇ ਵੀ SMO ਦੇ ਨੇ 8 ਜਾਂ 9 ਜਿਹੜੇ ਮੇਰੇ ਕੋਲ ਹੈਗੇ ਨੇ ਉਹਨਾਂ ਦੇ ਵਿੱਚ ਜਿੱਥੇ ਵੀ ਸਾਡੀ ਐਮਰਜੈਂਸੀ ਚੱਲਦੀ ਹੈ ਉਹ ਐਮਰਜੈਂਸੀ ਚੱਲੂਗੀ। ਪੋਲਿੰਗ ਡੇ ਵਾਲੇ ਟਾਈਮਿੰਗ 'ਤੇ ਸਪੈਸ਼ਲ ਜਿਹੜਾ ਹੈਗਾ ਨੋਡਲ ਅਫੀਸਰ ਅਸੀਂ ਬਣਾ ਦਿੱਤੇ, ਹਰ ਏਰੀਆ ਵਾਈਜ਼ ਜਿੰਨੇ ਹੈਗੇ SMOs ਦੇ, ਹਰ ਕੋਲ ਹਰ ਇੱਕ SMO ਦਾ ਆਪਣਾ ਨੋਡਲ ਅਫੀਸਰ ਹੈ, ਆਪਣੀ RRT ਟੀਮ ਹੈ, ਉਸਦੀਆਂ ਐਂਬੂਲੈਂਸ ਜਿੱਥੇ ਅਵੇਲੇਬਲ ਹੈਗੀਆਂ PSC CSC ਦੇ ਵਿੱਚ ਉਹਨਾਂ ਦੀ ਮੇਰੀ ਡਿਊਟੀਆਂ ਲੱਗ ਗਈਆਂ। ਉਹਨਾਂ ਦੇ ਕੌਣ ਉਹਨਾਂ ਨੂੰ ਡੀਲ ਕਰੇਗਾ, ਡਰਾਈਵਰ ਦੇ ਨਾਲ ਕਿਸ ਬੰਦੇ ਦੀ ਡਿਊਟੀ ਲੱਗਣੀ ਹੈ ਉਹ ਵੀ ਆਪਾਂ ਡੈਜ਼ਿਗਨੇਟ ਕਰਤਾ ਗਿਆ। ਉਸ ਤੋਂ ਇਲਾਵਾ ਜੇ ਕੋਈ ਹੋਰ ਵੀ ਕਿਸੇ ਕਿਸਮ ਦੀ ਕੋਈ ਸਾਨੂੰ ਆਉਂਦਾ ਹੈ ਹੈਲਥ ਇਸ਼ੂ, ਕੋਈ ਵੀ ਹੈਲਥ ਇਸ਼ੂ ਹੈ, ਅਸੀਂ DH ਦੇ ਵਿੱਚ ਪੂਰੀ ਤਰ੍ਹਾਂ ਪ੍ਰਪੇਅਰਡ ਬੈਠੇ ਹੋਏ ਹਾਂ। ਠੀਕ ਹੈ। ਤਾਂ ਬਿਲਕੁਲ ਜਿੱਦਾਂ ਸਰ ਨੇ ਪੂਰਾ ਬੜੇ ਤਰੀਕੇ ਨਾਲ ਸਮਝਾਇਆ ਕਿ ਸਾਰੀ ਚੀਜ਼ਾਂ ਦਾ ਜਿਹੜਾ ਅਰੇਂਜਮੈਂਟਸ ਹੈ ਉਹ ਕੀਤਾ ਜਾ ਚੁੱਕਾ, ਕਿਉਂਕਿ ਇਸ ਵਾਰੀ ਹੀਟ ਵੇਵ ਦਾ ਅਲਰਟ ਕੀਤਾ ਗਿਆ, ਐਡਵਾਈਜ਼ਰੀ ਲੋਕਾਂ ਨੂੰ ਜਾਰੀ ਕੀਤੀ ਗਈ ਹੈ, ਔਰ ਇਹਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਬਾਈ ਚਾਂਸ ਕਿਸੇ ਪੋਲਿੰਗ ਸਟੇਸ਼ਨ 'ਤੇ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਹੈ ਤਾਂ ਇਹ ਸਾਰੇ ORS ਦੇ ਘੋਲ ਦੇ ਨਾਲ, ਪੈਰਾਸੀਟਾਮੋਲ ਦੀ ਜਿਹੜਾ ਹੋਰ ਵੀ ਜਿਹੜੀ ਦਵਾਈਆਂ ਨੇ ਉਹ ਪੂਰੀ ਬੈਂਡੇਜ ਦੇ ਨਾਲ ਨਾਲ ਬੇਟਾਡੇਨ, ਇਹ ਸਾਰੀ ਦਵਾਈਆਂ ਜਿਹੜੀਆਂ ਉੱਥੇ ਮਿਲਣਗੀਆਂ। ਕਿਸੇ ਨੂੰ ਕੋਈ ਤਰ੍ਹਾਂ ਦੀ ਬਾਈ ਚਾਂਸ ਕੋਈ ਐਮਰਜੈਂਸੀ ਹੁੰਦੀ ਹੈ ਤਾਂ 108 'ਤੇ ਐਂਬੂਲੈਂਸ ਵੀ ਜਿਹੜੀ ਪ੍ਰਪੇਅਰ ਕੀਤੀ ਗਈ ਹੈ। ਇਸ ਤੋਂ ਇਲਾਵਾ ਹਸਪੀਟਲ ਦੇ ਵਿੱਚ ਵੀ ਜਿੱਦਾਂ ਸਰ ਨੇ ਦੱਸਿਆ ਕਿ ਹਸਪੀਟਲ ਦੇ ਵਿੱਚ ਵੀ ਬੈੱਡਸ ਦਾ ਅਰੇਂਜਮੈਂਟਸ ਪੂਰਾ ਕੀਤਾ ਗਿਆ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ, ਹਾਲਾਂਕਿ ਹਰ ਪੋਲਿੰਗ ਸਟੇਸ਼ਨ 'ਤੇ, ਕਿਉਂਕਿ ਸਾਰਿਆਂ ਦੀ ਵੱਖ ਵੱਖ ਡਿਊਟੀਜ਼ ਜਿਹੜੀ ਹੈ ਉਹ ਕੀਤੀ ਗਈ ਹੈ। ਪੁਲਿਸ ਦੀ ਲਾਅ ਐਂਡ ਆਰਡਰ ਦੇ ਨਾਲ ਨਾਲ ਪ੍ਰਸ਼ਾਸਨ ਦੀ ਲਗਾਤਾਰ ਕਿਸ ਤਰ੍ਹਾਂ ਦੀ ਮੈਨੇਜਮੈਂਟ ਕਰਨੀ ਹੈ, ਹੈਲਥ ਡਿਪਾਰਟਮੈਂਟ ਦੀ ਕਿਸ ਤਰ੍ਹਾਂ ਕੋਈ ਪ੍ਰੋਬਲਮ ਆਉਂਦੀ ਹੈ, ਆਸ਼ਾ ਵਰਕਰ ਜਿਹੜੇ ਉੱਥੇ ਡਿਪਿਊਟ ਕੀਤੇ ਗਏ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ, ਜਿਸ ਕਰਕੇ ਲਗਾਤਾਰ ਮੀਟਿੰਗਸ ਦਾ ਦੌਰ ਜਾਰੀ ਹੈ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।